ਪ੍ਰੀਤਪਾਲ ਸਿੰਘ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ। ਪ੍ਰੀਤਪਾਲ ਸਿੰਘ ਦੀਆਂ ਜਿਹੜੀਆਂ ਹੱਡੀਆਂ ਨੇ ਬਿਲਕੁਲ ਫੇਸ ਦੀਆਂ ਖਤਮ ਕੀਤੀਆਂ ਹੋਈਆਂ ਨੇ। ਪੁਲਿਸ ਨੇ ਇੰਨਾ ਤਸਤਰ ਢਾਲਿਆ ਉਸਦੇ ਉੱਪਰ ਕਿ ਉਹਨੂੰ ਖਾੜਕਵਾਂ ਵਾਲਾ ਰੂਪ ਦਿੱਤਾ ਅਤੇ ਰੋਹਤਕ PGI ਉਹਨੂੰ ਐਡਮਿਟ ਕਰਵਾਇਆ। ਜਿੱਥੇ ਕਿ ਉਸਦਾ ਬਿਲਕੁਲ ਵੀ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ, ਸਾਨੂੰ ਇੱਥੋਂ ਇਲਾਜ ਦੀ ਬਿਲਕੁਲ ਵੀ ਉਮੀਦ ਨਹੀਂ। ਹਰਿਆਣਾ ਦੇ ਰੋਹਤਕ ਦੇ ਵਿੱਚ ਹਸਪਤਾਲ ਦੇ ਬੈੱਡ ਤੇ ਪਿਆ ਇਹ ਨੌਜਵਾਨ ਕਿਸਾਨ ਪੰਜਾਬ ਦਾ ਹੈ। ਖਬਰਾਂ ਇਹ ਨੇ ਕਿ ਇਸ ਨੌਜਵਾਨ ਨੂੰ ਹਰਿਆਣਾ ਪ੍ਰਸ਼ਾਸਨ ਟਕਰਾਅ ਦੇ ਮੌਕੇ ਚੁੱਕ ਲਿਆ ਆ, ਕੁੱਟਮਾਰ ਕੀਤੀ, ਲੱਤ ਵੀ ਤੋੜ ਦਿੱਤੀ, ਇੱਥੋਂ ਤੱਕ ਕਿ ਜਵਾੜਾ ਵੀ ਤੋੜ ਦਿੱਤਾ। ਇਸ ਨੌਜਵਾਨ ਦਾ ਨਾਮ ਪ੍ਰੀਤਪਾਲ ਸਿੰਘ ਹੈ, ਜੋ ਮੂਣਕ ਦੇ ਪਿੰਡ ਨਵਾਂ ਗਾਉਂ ਦਾ ਰਹਿਣ ਵਾਲਾ। 21 ਤਰੀਕ ਨੂੰ ਹਰਿਆਣਾ ਪੁਲਿਸ ਦਾ ਕਿਸਾਨਾਂ ਦੇ ਨਾਲ ਟਕਰਾਅ ਹੋਇਆ। ਦੱਸਣ ਦੇ ਮੁਤਾਬਿਕ ਇਹ ਨੌਜਵਾਨ ਖਨੌਰੀ ਬਾਰਡਰ 'ਤੇ ਸੀ। ਜਿਸ ਵਾਰਡ ਦੇ ਵਿੱਚ ਇਸ ਨੌਜਵਾਨ ਨੂੰ ਰੱਖਿਆ ਗਿਆ, ਉਸਦੇ ਗੇਟ ਅੱਗੇ ਪੁਲਿਸ ਤੈਨਾਤ ਕੀਤੀ ਗਈ ਹੈ ਅਤੇ ਇਲਾਜ ਵੀ ਠੀਕ ਨਹੀਂ ਕੀਤਾ ਜਾ ਰਿਹਾ। ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰੀਤਪਾਲ ਸਿੰਘ ਦੇ ਉੱਪਰ 307 ਦਾ ਪਰਚਾ ਦਰਜ ਕੀਤਾ ਹੋਇਆ। ਇਲਾਜ ਸਹੀ ਨਾ ਹੋਣ ਕਰਕੇ ਪੀੜਤ ਦੇ ਇੱਕ ਸਾਥੀ ਦੇ ਵੱਲੋਂ ਵੀਡੀਓ ਬਣਾਈ ਗਈ ਅਤੇ ਪੰਜਾਬ ਰੈਫਰ ਕਰਨ ਦੀ ਮੰਗ ਕੀਤੀ ਗਈ। ਹਰਿਆਣਾ ਦੇ ਰੋਹਤਕ ਵਿੱਚ PGI ਦੇ ਵਿੱਚ ਦਾਖਲ ਇਹ ਨੌਜਵਾਨ ਪ੍ਰੀਤਪਾਲ ਦੱਸਿਆ ਜਾ ਰਿਹਾ। ਪ੍ਰੀਤਪਾਲ ਸਿੰਘ ਵੀ ਨਵਾਂਗਾਉਂ ਦੇ ਕਿਸਾਨ। ਪ੍ਰੀਤਪਾਲ ਸਿੰਘ ਚੱਲ ਰਹੇ ਅੰਦੋਲਨ ਦੇ ਵਿੱਚ ਆਪਣੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ। ਹਰਿਆਣਾ ਦੇ ਪੁਲਿਸ ਕਰਮਚਾਰੀ ਜਿਹੜੇ ਕਿ ਪੰਜਾਬ ਦੇ ਹੱਦ ਦੇ ਵਿੱਚੋਂ ਕੁਝ ਕਿਸਾਨਾਂ ਨੂੰ ਧੂੰਆਂਧਾਰ ਹਨੇਰੇ ਦੇ ਵਿੱਚੋਂ ਚੱਕ ਕੇ ਬੋਰੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ। ਉਹਨਾਂ ਦੇ ਵਿੱਚੋਂ ਸਾਡੇ ਪ੍ਰੀਤਪਾਲ ਸਿੰਘ ਜੋ ਕਿ ਨਵਾਂ ਗਾਉਂਦੇ ਸਨ, ਪ੍ਰੀਤਪਾਲ ਸਿੰਘ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ। ਪ੍ਰੀਤਪਾਲ ਸਿੰਘ ਦੀਆਂ ਜਿਹੜੀਆਂ ਹੱਡੀਆਂ ਨੇ ਬਿਲਕੁਲ ਫੇਸ ਦੀਆਂ ਖਤਮ ਕੀਤੀਆਂ ਹੋਈਆਂ ਨੇ। ਪ੍ਰੀਤਪਾਲ ਸਿੰਘ ਦੇ ਸਿਰ ਦੇ ਵਿੱਚ ਵੀ ਕੁਝ ਟਾਂਕੇ ਨੇ। ਪ੍ਰੀਤਪਾਲ ਸਿੰਘ ਦੀਆਂ ਲੱਤਾਂ ਬਾਹਾਂ ਵੀ ਤੋੜੀਆਂ ਗਈਆਂ, ਨੱਕ ਦੀ ਹੱਡੀ ਤੋੜੀ ਗਈ। ਪ੍ਰੀਤਪਾਲ ਸਿੰਘ ਬਹੁਤ ਹੀ ਚੰਗੇ ਲੜਕੇ ਸੀ। ਪ੍ਰੀਤਪਾਲ ਸਿੰਘ ਅੰਮ੍ਰਿਤਧਾਰੀ ਸੀ, ਨਸ਼ੇ ਪੱਤਿਆਂ ਤੋਂ ਰਹਿਤ ਸੀ। ਪੁਲਿਸ ਨੇ ਇੰਨਾ ਤਸਤਰ ਢਾਲਿਆ ਉਸਦੇ ਉੱਪਰ ਕਿ ਉਹਨੂੰ ਖਾੜਕਵਾਂ ਵਾਲਾ ਰੂਪ ਦਿੱਤਾ ਅਤੇ ਰੋਹਤਕ PGI ਉਹਨੂੰ ਐਡਮਿਟ ਕਰਵਾਇਆ ਗਿਆ, ਜਿੱਥੇ ਕਿ ਉਸਦਾ ਬਿਲਕੁਲ ਵੀ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ, ਸਾਨੂੰ ਇੱਥੋਂ ਇਲਾਜ ਦੀ ਬਿਲਕੁਲ ਵੀ ਉਮੀਦ ਨਹੀਂ। ਅਸੀਂ ਸਾਰੇ ਹੀ ਕਿਸਾਨ ਜਥੇਬੰਦੀਆਂ ਅਤੇ ਸਾਰੇ ਹੀ ਲੀਡਰ ਸਾਹਿਬਾਨਾਂ ਨੂੰ, ਸਾਰੇ ਹੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ। ਅਸੀਂ ਇੱਥੋਂ ਰੈਫਰ ਕਰਵਾਉਣਾ ਚਾਹੁੰਦੇ ਹਾਂ, ਪੁਲਿਸ ਸਾਨੂੰ ਇੱਥੋਂ ਨਿਕਲਣ ਨਹੀਂ ਦੇ ਰਹੀ। ਪੁਲਿਸ ਨੇ ਪ੍ਰੀਤਪਾਲ ਸਿੰਘ ਦੇ ਉੱਪਰ 307 ਦਾ ਪਰਚਾ ਵੀ ਦਰਜ ਕੀਤਾ ਹੋਇਆ। ਤੁਸੀਂ ਸਾਰੇ ਸਾਡਾ ਸਾਥ ਦਿਓ, ਉਸ ਨੂੰ ਕਿਸੇ ਵੀ ਕਾਨੂੰਨੀ ਢੰਗ ਦੇ ਨਾਲ ਆਪਾਂ ਇੱਥੋਂ ਰੈਫਰ ਕਰਵਾ ਕੇ PGI ਚੰਡੀਗੜ੍ਹ ਜਾਂ NDMC ਲੁਧਿਆਣਾ